ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ। ਅੱਜ ਅਸੀਂ CEP ਪ੍ਰੋਗਰਾਮ ਦੇ ਅੰਡਰ ਪ੍ਰੈਕਟਿਸ ਸ਼ੀਟ ਨੰਬਰ 8 ਜਮਾਤ 6ਵੀਂ ਵਿਸ਼ਾ ਵਿਗਿਆਨ ਤੁਹਾਡੇ ਲਈ ਲੈ ਕੇ ਆਏ ਹਾਂ। ਇਹਦੇ ਪ੍ਰਸ਼ਨ ਉੱਤਰ ਤੁਹਾਡੇ ਨਾਲ ਡਿਸਕਸ ਕਰਾਂਗੇ। ਇਹ ਤੋਂ ਪਹਿਲੇ ਮੈਂ ਤੁਹਾਡੇ ਨਾਲ ਸਾਇੰਸ ਵਿਸ਼ੇ ਦੀਆਂ ਸਾਰੀਆਂ ਕਲਾਸਾਂ ਦੀਆਂ ਪ੍ਰੈਕਟਿਸ ਸ਼ੀਟ ਨੰਬਰ 7 ਤੱਕ ਵੀਡੀਓ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦਾ ਇਸ ਵੀਡੀਓ ਨੂੰ ਵੀ ਤੁਸੀਂ ਭਰਮਾ ਹੁੰਗਾਰਾ ਬਹੁਤ ਦੇਵੋਗੇ। ਸ਼ੁਰੂ ਕਰਦੇ ਹਾਂ। ਸੋ ਇਹ ਜਿਹੜੀ ਸਾਡੀ ਪ੍ਰੈਕਟਿਸ ਸ਼ੀਟ ਹੈ, ਇਹ 2 ਕੰਪੀਟੈਂਸੀ 'ਤੇ ਹੈ, FC 1.1S, 1.12 ਅਤੇ 13.3। ਪਹਿਲੀਆਂ 2 ਕੰਪੀਟੈਂਸੀਜ਼ 'ਤੇ 5 ਪ੍ਰਸ਼ਨ ਨੇ, ਦੂਸਰੀ 6 ਤੋਂ 15 ਤੱਕ ਪ੍ਰਸ਼ਨ ਨੇ। ਸੋ ਇਹ ਜੋ ਕੰਪੀਟੈਂਸੀਜ਼ ਹੈ, ਇਹ ਫਾਊਂਡੇਸ਼ਨਲ ਫੰਡਾਮੈਂਟਲ ਲੈਵਲ ਦੀ ਕੰਪੀਟੈਂਸੀ ਲੈ ਗਈ ਹੈ। ਲਾਈਕਿੰਗ, ਨਿਊਟ੍ਰੀਸ਼ਨਸ ਨੂੰ ਅੰਡਰਸਟੈਂਡ ਕਰਨਾ, ਫੂਡ ਵੇਸਟ ਨਹੀਂ ਕਰਨਾ, ਸੈਲਫ ਕੇਅਰ, ਅਬਜ਼ਰਵ ਕਰਨਾ ਨੇਚਰ ਨੂੰ, ਸੋ ਉਹਦੇ ਨਾਲ ਰਿਲੇਟਡ ਹੈ। ਸੋ ਪਹਿਲਾ ਕੁਐਸਚਨ ਹੈ, ਪਿਕਚਰਾਈਜ਼ ਵੇ ਦੇ ਨਾਲ ਪਿਕਚਰ ਦੇ ਬੇਸ 'ਤੇ ਹੈ। ਇਹਦੇ 'ਚ ਗਰੁੱਪ ਏ ਅਤੇ ਬੀ ਹੈ, ਇੱਕ ਸਾਈਡ 'ਤੇ ਪਲਾਂਟ ਫੂਡ ਹੈ, ਦੂਸਰੇ ਸਾਈਡ 'ਤੇ ਐਨੀਮਲ ਫੂਡ ਹੈ। ਇਹਦੇ ਆਧਾਰ 'ਤੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਪਹਿਲਾ ਪ੍ਰਸ਼ਨ ਹੈ, ਭੋਜਨ ਨੂੰ ਕਿਸ ਆਧਾਰ ਦੇ 2 ਸਮੂਹਾਂ 'ਚ ਵੰਡਿਆ ਗਿਆ? ਸਰੋਤ, ਭੋਜਨ, ਪੌਦੇ ਅਤੇ ਜਾਨਵਰ ਦੇ ਆਧਾਰ 'ਤੇ। ਤੋ ਇਹਦਾ ਦੂਸਰਾ ਆਏਗਾ, ਇੱਕ ਸਾਈਡ 'ਤੇ ਪੌਦਿਆਂ ਵਾਲਾ ਭੋਜਨ, ਇੱਕ ਸਾਈਡ 'ਤੇ ਜਾਨਵਰਾਂ ਵਾਲਾ। ਇਹਨਾਂ ਜਾਨਵਰਾਂ ਵਿੱਚੋਂ ਕਿਹੜਾ ਜਾਨਵਰ ਸਿਰਫ ਸਮੂਹ ਏ ਵਾਲਾ ਭੋਜਨ ਖਾਂਦਾ ਹੈ? ਇਹਦੇ ਵਿੱਚ ਪੌਦੇ ਆਉਂਦੇ ਆ, ਪੌਦਿਆਂ ਵਾਲਾ ਬਿੱਲੀ, ਡੱਡੂ, ਬਾਜ, ਹਿਰਨ। ਇਹ 'ਚ ਆਏਗਾ ਹਿਰਨ, ਹਿਰਨ ਇਕੱਲਾ ਸਮੂਹ ਏ ਯਾਨੀ ਪੌਦੇ ਹੀ ਖਾਂਦਾ ਹੈ। ਤੀਸਰਾ, ਇਹਨਾਂ ਜਾਨਵਰਾਂ ਵਿੱਚੋਂ ਕਿਹੜਾ ਜਾਨਵਰ ਸਰਬ ਆਹਾਰੀ ਹੈ? ਸਰਬ ਆਹਾਰੀ ਹੁੰਦਾ ਜਿਹੜਾ ਮਾਸ ਅਤੇ ਪੌਦੇ ਖਾ ਜਾਂਦਾ, ਹਿਰਨ, ਕੁੱਤਾ, ਖਰਗੋਸ਼, ਮਧੂ ਮੱਖੀ। ਇਹਦੇ ਵਿੱਚ ਤੁਹਾਡਾ ਆਏਗਾ ਜੀ ਕੁੱਤਾ ਆਏਗਾ, ਕੁੱਤਾ ਦੋਨੇ ਚੀਜ਼ਾਂ ਖਾ ਜਾਂਦਾ, ਪੌਦੇ ਵੀ ਅਤੇ ਜਾਨਵਰਾਂ ਨੂੰ ਵੀ। ਉਹਦੇ ਬਾਅਦ ਅੱਗੇ ਸਾਰਣੀ ਤੁਹਾਨੂੰ ਦਿੱਤੀ ਗਈ ਹੈ, ਵਿਦਿਆਰਥੀ ਦਾ ਨਾਂ, ਦੁਪਹਿਰ ਦੇ ਖਾਣੇ ਵਾਲਾ ਭੋਜਨ। ਸੋ ਇਹਦੇ ਆਧਾਰ 'ਤੇ ਤੁਸੀਂ ਉੱਤਰ ਦੇਣੇ ਹੈ। ਪਹਿਲਾ ਤੁਹਾਡੇ ਕੋਲ ਪ੍ਰਸ਼ਨ ਹੈ, ਸਾਰਣੀ ਦਾ ਅਧਿਐਨ ਕਰਕੇ ਦੱਸੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦਿਆਰਥੀ ਨੇ ਦੋਵੇਂ ਸਰੋਤਾਂ ਪੌਦੇ ਅਤੇ ਜਾਨਵਰਾਂ ਵਾਲਾ ਭੋਜਨ ਖਾਧਾ? ਸੋ ਇਹ 'ਚ ਅਨੂ ਦੇ ਅੱਗੇ ਰਹੀ ਹੈ ਰੋਟੀ, ਵੈਜੀਟੇਬਲ, ਕਰਡ, ਸ਼ੂਗਰ ਕੇਨ, ਰੋਟੀ, ਮੂੰਗ ਸਪੂਨ, ਰਾਈਸ, ਕੜੀ, ਵੈਜ, ਵੀਨ। ਸੋ ਇਹਦੇ ਵਿੱਚ ਤੁਹਾਡਾ ਫਿਸ਼ ਕੜੀ ਲਿਖੀ ਹੈ ਅਮਿਤ, ਤੋ ਅਮਿਤ ਦੋਨੇ ਚੀਜ਼ਾਂ ਖਾ ਰਿਹਾ, ਤੋ ਇਹਦੇ ਵਿੱਚ ਆਏਗਾ ਦੋਨੇ ਹੀ, ਤੋ ਜਿੰਨੀ ਪੌਦੇ ਵੀ ਅਤੇ ਜਾਨਵਰਾਂ ਵਾਲਾ ਖਾਧਾ ਆਏਗਾ ਉੱਤਰ ਅਮਿਤ। ਪੰਜਵਾਂ, ਸਾਰਣੀ ਦਾ ਅਧਿਐਨ ਕਰਕੇ ਦੱਸੋ ਕਿ ਹੇਠ ਲਿਖੇ ਵਿੱਚੋਂ ਕਿਹੜੇ ਵਿਦਿਆਰਥੀ ਨੇ ਕੇਵਲ ਬੀਜਾਂ ਤੋਂ ਪ੍ਰਾਪਤ ਹੋਣ ਵਾਲਾ ਭੋਜਨ ਖਾਧਾ? ਬੀਨਸ ਵਗੈਰਾ ਜੋ ਬੀਜਾਂ ਤੋਂ, ਰੋਟੀ, ਵੈਜੀਟੇਬਲ ਕੜੀ, ਕਰਡ, ਸ਼ੂਗਰ ਕੇਨ, ਰੋਟੀ, ਮੂੰਗ ਸਪਰੋਟ, ਬੀਨਸ, ਰੋਟੀ, ਰਾਈਸ, ਵੈਜੀਟੇਬਲ, ਰੈਡਿਸ਼। ਤੋ ਇਹ ਆਏਗਾ ਰਿਤੇਸ਼, ਮੂੰਗ ਸਪਰੋਟ, ਬੀਨਸ ਅਤੇ ਰੋਟੀ, ਇਹ ਸਾਰੇ ਬੀਜਾਂ ਦਾ ਹੀ ਹੈ। ਤੋ ਇਹਦਾ ਜਵਾਬ ਤੁਹਾਡਾ ਆਏਗਾ ਜੀ ਰਿਤੇਸ਼, ਪੰਜਵੇਂ ਦਾ ਆਏਗਾ ਚੌਥਾ। ਉਹਦੇ ਬਾਅਦ ਛੇਵਾਂ, ਚਿੱਤਰ ਦੇ ਵਿੱਚ ਪੌਦੇ ਦਾ ਚਿੱਤਰ ਹੈ, ਇਹਦੇ ਵਿੱਚ ਐਕਸ ਕੀ ਹੈ? ਐਕਸ ਤੁਹਾਡੇ ਕੋਲੋਂ ਪਰਾਗ ਕੋਸ਼, ਤੰਤੂ, ਓਵਰੀ, ਸਟਾਈਲ। ਤੰਤੂ ਹੈ, ਫਿਲਾਮੈਂਟ ਹੈ, ਇਹਦੇ ਉੱਤੇ ਤੁਹਾਡਾ ਜੋ ਹੈ ਐਂਥਰ, ਪਰਾਗ ਕੋਸ਼ ਹੁੰਦਾ, ਤਾਂ ਇਹਦਾ ਆਏਗਾ ਦੂਸਰਾ। ਸੱਤਵਾਂ, ਇਹਨਾਂ ਵਿੱਚੋਂ ਕਿਹੜੇ ਪੌਦਿਆਂ ਦੀਆਂ ਜੜ੍ਹਾਂ ਸਮਾਨ ਹਨ, ਇੱਕੋ ਜਿਹੀਆਂ ਜੜ੍ਹਾਂ ਕਿਹੜੇ ਪੌਦਿਆਂ ਦੀਆਂ ਨੇ? ਇਹ ਤੁਸੀਂ ਦੇਖ ਸਕਦੇ ਹੋ, ਪੌਦਾ ਪਹਿਲਾ, ਦੂਜਾ, ਤੀਜਾ ਜਾਂ ਚੌਥਾ। ਇਹਦੇ ਪਹਿਲੇ 3 ਪੌਦੇ ਜਿਹੜੇ ਆ ਉਹਨਾਂ ਦੀ ਜੜ੍ਹਾਂ ਇੱਕੋ ਜਿਹੀਆਂ ਨੇ, ਤਾਂ ਹੈਗਾ ਪੌਦਾ ਪਹਿਲਾ, ਦੂਜਾ ਅਤੇ ਤੀਜਾ।
ਇਹਦੇ ਵਿੱਚ ਟੈਪ ਰੂਟ ਜੜ੍ਹ ਨੇ, ਮੋਟੀ ਜੜ੍ਹ ਜਿਹਨੂੰ ਕਹਿੰਦੇ ਆ, ਤਿੰਨਾਂ ਦੀ। ਅੱਠਵਾਂ ਜੋ ਇਹਨਾਂ ਵਿੱਚੋਂ ਕਿਹੜੀ ਲੰਬਾਈ ਦੀ ਮਿਆਰੀ ਇਕਾਈ ਹੈ, ਸੈਂਟੀਮੀਟਰ, ਸੈਕਿੰਡ, ਕਿਲੋਗ੍ਰਾਮ, ਮੀਟਰ, ਮਿਆਰੀ ਇਕਾਈ ਇਹਦੀ ਮੀਟਰ ਹੈ ਲੰਬਾਈ ਦੀ। ਅੱਠਵੀਂ ਦਾ ਚੌਥਾ ਹੈਗਾ। ਨੌਵਾਂ, ਪਰਮਜੀਤ ਆਪਣੇ ਮੁੰਡੇ ਦੀ ਲੰਬਾਈ ਮਾਪਣਾ ਚਾਹੁੰਦੀ ਹੈ, ਇਸ ਲਈ ਉਸਨੇ ਆਪਣੇ ਮੁੰਡੇ ਨੂੰ ਦੀਵਾਰ ਨਾਲ ਖੜ੍ਹਾ ਕੀਤਾ। ਹੇਠ ਦਿਆਂ ਵਿੱਚੋਂ ਚਿੱਤਰ, ਬੱਚੇ ਦੀ ਲੰਬਾਈ ਮਾਪਣ ਦਾ ਸਹੀ ਚਿੱਤਰ ਕਿਹੜਾ ਹੈ? ਸੋ ਲੰਬਾਈ ਮਾਪਣ ਦੇ ਲਈ ਜੋ ਸਹੀ ਇੱਥੇ ਚਿੱਤਰ ਵਰਤਿਆ ਗਿਆ ਉਹ ਹੈ ਐੜਾ, ਕਿਉਂਕਿ ਇਹ 'ਚ ਅੱਖਾਂ ਪੂਰੀਆਂ ਅੱਪਰ ਤੱਕ ਟੱਚ ਕਰ ਰਹੀਆਂ ਨੇ, ਤਾਂ ਇਹ ਸਹੀ ਤਰੀਕਾ ਹੈ। ਦਸਵਾਂ, ਇਹਨਾਂ ਵਿੱਚੋਂ ਚੱਕਰਾਕਾਰ ਗਤੀ ਦੀ ਕਿਹੜੀ ਉਦਾਹਰਣ ਸਹੀ ਨਹੀਂ ਹੈ? ਪੱਖੇ ਦੇ ਪਰਾਂ ਦੀ ਗਤੀ, ਘੜੀ ਦੀ ਸੂਈਆਂ ਦੀ ਗਤੀ, ਪੀਂਘ ਦੀ ਗਤੀ, ਸਾਰੇ ਵਿਕਲਪ। ਪੀਂਘ ਦੀ ਗਤੀ ਚੱਕਰਾਕਾਰ ਨਹੀਂ ਹੈ, ਇਹ ਆਏਗਾ ਸਹੀ। ਗਿਆਰਵਾਂ, ਘੜੀ ਦੀਆਂ ਸੂਈਆਂ ਵਿੱਚੋਂ ਕਿਹੜੀ ਗਤੀ ਦਰਸਾਉਂਦੀ ਹੈ? ਚੱਕਰਾਕਾਰ, ਅਵਰਤੀ, ਰੇਖੀ, ਇਹ ਆਏਗੀ ਜੀ ਚੱਕਰਾਕਾਰ। ਸੋ ਇਹ ਆਏਗਾ ਤੁਹਾਡਾ ਗਿਆਰਵੇਂ ਦਾ ਪਹਿਲਾ। ਬਾਰਵਾਂ, ਬਿਜਲੀ ਦੇ ਖੰਭਿਆਂ 'ਤੇ ਦਰਸਾਏ ਗਏ ਨਿਸ਼ਾਨ ਜੋ ਇਹ ਦਿੱਤੇ ਆ, ਇਹਦਾ ਕੀ ਹੈ? ਇਹ ਲੋਕਾਂ ਨੂੰ ਚੇਤਾਵਨੀ ਦੇਣ ਲਈ ਕਿ ਬਿਜਲੀ ਦੀ ਵਰਤੋਂ ਸਹੀ ਢੰਗ ਨਾਲ ਕਰੋ, ਖਤਰਨਾਕ ਹੋ ਸਕਦੀ ਹੈ। ਇਹ ਲੋਕਾਂ ਨੂੰ ਚੇਤਾਵਨੀ ਹੈ ਭੂਤ ਦੀ, ਚੇਤਾਵਨੀ ਹੈ ਖਤਰਨਾਕ ਜਾਨਵਰ ਦੀ। ਸੋ ਇਹ ਹੈ ਦੱਸਦੀ ਬਿਜਲੀ ਦਾ ਕੋਈ ਖਤਰਾ ਨਹੀਂ। ਤੋ ਸਹੀ ਹੈ ਜੀ ਪਹਿਲਾ, ਲੋਕਾਂ ਨੂੰ ਚੇਤਾਵਨੀ ਦੇਣ ਲਈ ਕਿ ਬਿਜਲੀ ਦੀ ਵਰਤੋਂ ਸਹੀ ਢੰਗ ਨਾਲ ਕਰਨੀ, ਨਹੀਂ ਤਾਂ ਖਤਰਨਾਕ ਹੋ ਸਕਦਾ ਹੈ। ਤੇਰਵਾਂ ਪ੍ਰਸ਼ਨ, ਬਲਬ ਦੇ ਅੰਦਰ ਮੌਜੂਦ ਫਿਲਾਮੈਂਟ ਜੋ ਗਰਮ ਹੋਣ 'ਤੇ ਚਮਕਦਾ ਹੈ ਕੀ ਕਿਹਾ ਜਾਂਦਾ ਹੈ? ਫਿਲਾਮੈਂਟ ਜਿਹੜਾ ਚਮਕਦਾ ਹੈ, ਤੇਰਵੇਂ ਦਾ ਪਹਿਲਾ। ਚੌਦਵਾਂ, ਬਿਜਲੀ ਦੇ ਝਟਕਿਆਂ ਨੂੰ ਰੋਕਣ ਲਈ ਧਾਤ ਦੀ ਬਿਜਲੀ ਦੀ ਤਾਰਾਂ 'ਤੇ ਕਿਸ ਨੂੰ ਪਰਤ ਕੀਤੀ ਜਾਂਦੀ ਹੈ? ਕਾਗਜ਼, ਕਪਾਹ, ਅਲਮੀਨੀਅਮ, ਪਲਾਸਟਿਕ। ਪਲਾਸਟਿਕ ਦੀ, ਪਲਾਸਟਿਕ ਜੋ ਹੈ ਇੱਕ ਰੋਧਕ ਹੈ। ਪੰਦਰਵਾਂ, ਬੈਟਰੀ ਕੀ ਹੈ? ਸਿੰਗਲ ਸੈੱਲ, ਸੈੱਲਾਂ ਦਾ ਸੁਮੇਲ ਜਿਸ ਵਿੱਚ ਨੈਗਟਿਵ ਪੋਜ਼ਿਟਿਵ ਜੁੜੇ ਹੁੰਦੇ ਆ, ਸੈੱਲਾਂ ਦਾ ਸਮੂਹ ਜਿਸ 'ਚ ਪੋਜ਼ਿਟਿਵ ਪੋਜ਼ਿਟਿਵ ਹੁੰਦੇ ਆ, ਇਹਨਾਂ 'ਚ ਕੋਈ ਨਹੀਂ। ਸੋ ਇਹ ਆਏਗਾ ਸੈੱਲਾਂ ਦਾ ਸਮੂਹ, ਇਹਨਾਂ ਬੈਟਰੀ ਬਣਦੀ ਹੈ। ਸੋ ਇਹ ਆਏਗਾ ਤੁਹਾਡਾ ਪੰਦਰਵੇਂ ਦਾ ਦੂਸਰਾ। ਸੋ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸਾਰੇ ਹੀ ਪ੍ਰਸ਼ਨ ਸੌਖੇ ਸੀ, ਇਹ ਪਿਕਚਰਾਈਜ਼ ਬੇਸ ਅਤੇ ਅੰਡਰਸਟੈਂਡਿੰਗ ਬੇਸ ਅਤੇ ਕੁਐਸਚਨ ਸੀ। ਉਮੀਦ ਕਰਦਾ ਸਾਰੇ ਪ੍ਰਸ਼ਨ ਤੁਸੀਂ ਸਮਝ ਲਏ ਹੋਣਗੇ। ਜੇ ਫਿਰ ਵੀ ਕਿਸੇ 'ਚ ਡਾਊਟ ਲੱਗਦਾ ਕਮੈਂਟ ਕਰ ਸਕਦੇ ਹੋ। ਅਗਲੇ ਵੀਡੀਓ 'ਚ ਤੁਹਾਨੂੰ ਸੱਤਵੀਂ ਕਲਾਸ ਪ੍ਰੈਕਟਿਸ ਸ਼ੀਟ ਨੰਬਰ 8 ਮਿਲੇਗੀ। ਥੈਂਕ ਯੂ, ਬੈਸਟ ਆਫ ਲੱਕ।